ਰਾਜਪੁਰਾ ਦੇ ਵਿੱਚ ਇੱਕ ਭਿਆਨਕ ਸੜਕੀ ਹਾਦਸਾ ਹੋਇਆ। ਇੱਕ ਟਰਾਲੇ ਨੇ ਦੋ ਸਕੀਆਂ ਭੈਣਾਂ ਨੂੰ ਫੇਟ ਮਾਰ ਦਿੱਤੀ, ਜਿਸ ਮੌਕੇ ਇੱਕ ਭੈਣ ਦੀ ਦਰਦਨਾਕ ਮੌਤ ਹੋਈ, ਦੂਜੀ ਜ਼ਖਮੀ ਹੋ ਗਈ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਰਾਜਪੁਰਾ ਦੇ ਵਿੱਚ ਟਰਾਲੇ ਨੇ ਦੋ ਸਕੀਆਂ ਭੈਣਾਂ ਨੂੰ ਸਾਈਡ ਮਾਰ ਦਿੱਤੀ, ਇੱਕ ਦੀ ਮੌਤ ਹੋ ਗਈ, ਦੂਜੀ ਨੂੰ ਸਰਕਾਰੀ ਰਾਜਿੰਦਰਾ ਹਸਪੀਟਲ ਪਟਿਆਲਾ ਦੇ ਵਿੱਚ ਰੈਫਰ ਕੀਤਾ ਗਿਆ। ਰਾਜਪੁਰਾ ਦੇ ਨਾਲ ਲੱਗਦੇ ਜਨਸੂਆ ਅਧੀਨ ਪੈਂਦੇ ਪਿੰਡ ਦੀ ਸੜਕ ਥਰਮਲ ਪਲਾਂਟ ਨੂੰ ਜਾਂਦੀ ਹੈ ਤੇ ਦੂਜੀ ਮਾਨਕਪੁਰ ਨੂੰ ਵੀ ਜਾਂਦੀ ਹੈ। ਇੱਥੇ ਕਾਫੀ ਆਵਾਜਾਈ ਸੀ ਔਰ ਸੜਕ ਤੰਗ ਹੋਣ ਕਰਕੇ ਇਹ ਦਰਦਨਾਕ ਭਾਣਾ ਵਾਪਰ ਗਿਆ। ਇੱਕ ਟਰਾਲੇ ਨੇ ਦੋ ਸਕੀਆਂ ਭੈਣਾਂ ਨੂੰ ਫੇਟ ਮਾਰ ਦਿੱਤੀ, ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ, ਦੂਜੀ ਗੰਭੀਰ ਜ਼ਖਮੀ ਹੋਈ ਹੈ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਮ੍ਰਿਤਕ ਮੀਨਾ, ਜਿਸ ਦੀ ਉਮਰ 25 ਸਾਲ ਦੀ ਸੀ, ਦੱਸਦੀਏ ਕਿ ਆਪਣੀ ਭੈਣ ਦੇ ਨਾਲ ਕੱਖ ਲੈਣ ਦੇ ਲਈ ਗਈ ਸੀ ਔਰ ਜਦੋਂ ਇਹ ਦਰਦਨਾਕ ਹਾਦਸਾ ਹੋਇਆ, ਪੀੜਤਾ ਨੇ ਕਿਹਾ ਕਿ ਇਹ ਸੜਕ ਨੂੰ ਚੌੜਾ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ। ਹਾਂਜੀ, ਇਹ ਜਨਸੂਆ ਤੋਂ ਮਾਨਕਪੁਰ ਰੋਡ, ਜਨਸੂਏ ਨੂੰ ਵਾਪਸ ਕੱਖ ਲੈ ਕੇ ਆ ਰਿਹਾ ਸੀ, ਪਿੱਛੇ ਟਰਾਲੇ ਨੇ ਸਾਈਡ ਆ ਕੇ ਮਾਰੀ ਜੀ। ਇੱਕ ਜ਼ਖਮੀ ਹੈ ਜੀ, ਲਕਸ਼ਮੀ ਪਟਿਆਲੇ ਹੈ, ਮੀਨਾ ਜਿਹੜੀ ਹੈ ਜੀ ਉਹ 32 ਸਾਲ ਉਮਰ, ਉਹਦੀ ਡੈਥ ਹੋ ਗਈ ਜੀ। ਸਰਕਾਰ ਤੋਂ ਕੀ ਮੰਗ ਕਰਦੇ ਆ? ਸਰਕਾਰ ਨੂੰ ਮੰਗ ਕਰਦੇ ਆ ਜੀ, ਇਹ ਜਿਹੜਾ ਰੋਡ ਹੈਗਾ ਇਹ ਮਿਰਜ਼ਾਪੁਰ ਤਾਂ ਇਹ ਡਬਲ ਕੀਤਾ ਜਾਵੇ ਔਰ ਇਹਨਾਂ ਦੀ ਜਿਹੜੀ ਜ਼ਰੂਰਤ ਪੂਰੀ ਕੀਤੀ ਜਾਵੇ, ਜਿਹੜੀ ਇਹਨਾਂ ਦਾ ਬਣਦਾ ਜੀ ਹੱਕ ਜੀ ਗਰੀਬ। ਹਾਂਜੀ ਹਾਂਜੀ। ਡੈਥ ਕਦੋਂ ਹੋਈ ਸੀਗੀ? ਇਹ ਜੀ ਕੱਲ ਸ਼ਾਮ ਦੀ ਹੋਈ ਜੀ, 5-1 ਵਜੇ ਜੀ। ਜਾਣਕਾਰੀ ਹੈ ਕਿ ਅਸੀਂ ਅੱਜ ਹਸਪਤਾਲ ਜਾਏ ਹਾਂ APGN 'ਚ ਇਹਨਾਂ ਦੀ ਪੋਸਟਮਾਰਟਮ ਕਰਾਉਣ ਲਈ। ਇਹ ਵਿਚਾਰਿਆਂ ਸ਼ਾਮ ਨੂੰ ਕੱਲ ਘਾਹ ਲੈ ਕੇ ਆ ਰਿਹਾ ਸੀ ਅਤੇ ਡਰਾਈਵਰ ਨੇ ਨਸ਼ੇ ਦੇ ਵਿੱਚ ਬਹੁਤ ਭਾਰੀ ਵਹੀਕਲ ਨਾਲ ਇਹਨਾਂ ਨੂੰ ਮਤਲਬ ਐਕਸੀਡੈਂਟ ਕਰਕੇ ਮਾਰਤਾ ਹੈਗਾ ਅਤੇ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਸਰਕਾਰ ਤੋਂ ਜਾਂ ਜਿਵੇਂ ਵੀ ਹੈਗਾ ਇਹਨਾਂ ਨੂੰ ਕੋਈ ਨਾ ਕੋਈ ਮੁਆਵਜ਼ਾ ਦਿੱਤਾ ਜਾਵੇ ਅਤੇ ਇਹਦੇ ਵਿੱਚ ਇੱਕ ਦੀ ਡੈਥ ਹੋ ਚੁੱਕੀ ਹੈ ਅਤੇ ਇੱਕ ਜ਼ਿਲ੍ਹਾ ਹਸਪਤਾਲ 'ਚ ਐਡਮਿਟ ਹੈ। ਇਹ ਛੋਟੀ ਹੈ ਜੀ, ਜਿਵੇਂ ਕਿ ਵਹੀਕਲ ਹੈਗਾ ਉਹਦੇ ਲਾਇਕ ਨਹੀਂ ਹੈ, ਇਹ 15-16 ਫੁੱਟ ਦੀ ਹੈ, ਘੱਟੋ ਘੱਟ 25-30 ਫੁੱਟ ਦੀ ਹੋਣੀ ਚਾਹੀਦੀ ਹੈ ਸੜਕ। ਅੱਜ ਤੋਂ ਦੋ ਮਹੀਨੇ ਪਹਿਲਾਂ ਇੱਕ ਪਿੱਛੇ ਐਕਸੀਡੈਂਟ ਹੋਇਆ ਸੀ, ਉਹਦੇ 'ਚ ਲੇਡੀਜ਼ ਮੌਤ ਹੋ ਗਈ ਸੀ, ਹਫ਼ਤੇ ਦੇ ਵਿੱਚ ਕੋਈ ਨਾ ਕੋਈ ਐਕਸੀਡੈਂਟ ਹੋ ਜਾਂਦਾ। ਲੜਕੀ ਇਹ ਨਾ ਪੱਠੇ ਲੈ ਕੇ ਆ ਰਹੀ ਸੀ ਆ ਜਨਸੂਈ ਤੋਂ ਜਨਸੂਆ ਰੋਡ 'ਤੇ, ਪਿੱਛੋਂ ਇੱਕ ਟਰਾਲਾ ਇਹਨੂੰ ਆਇਆ, ਉਹ ਹਿੱਟ ਕਰ ਗਿਆ ਸੀ, ਇਹਨੂੰ ਹਿੱਟ ਕਰਕੇ ਇਹਦੀ ਮੌਤ ਹੋ ਗਈ ਸੀ ਮੌਕੇ 'ਤੇ, ਅਤੇ ਬਾਕੀ ਜਿਹੜੀ ਇੱਕ ਲੇਡੀਜ਼ ਹੋਰ ਸੀ ਇਹਦੇ ਨਾਲ ਲਕਸ਼ਮੀ, ਉਹ ਆਪਣਾ ਇੰਜਰਡ ਹੈ, ਉਹ ਜਿਹੜੀ ਰਜਿੰਦਰਾ ਹਸਪਤਾਲ ਦਾਖਲ ਹੈ ਪਟਿਆਲੇ। ਇਹਦਾ ਜਿਹੜਾ ਹੁਣ ਅਸੀਂ ਪਰਚਾ ਦਰਜ ਕਰਤਾ ਟਰਾਲੇ ਵਾਲੇ ਆਪਣਾ ਡਰਾਈਵਰ ਦੇ ਖਿਲਾਫ ਅਤੇ ਪੋਸਟਮਾਰਟਮ ਕਰਾ ਰਹੇ ਹਾਂ। ਹਾਂ, ਪੋਸਟਮਾਰਟਮ ਕਰਾਉਣ ਉਪਰੰਤ ਜਿਹੜੀ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਾਊ। ਰਾਜਪੁਰਾ ਦੇ ਵਿੱਚ ਇੱਕ ਭਿਆਨਕ ਸੜਕੀ ਹਾਦਸਾ ਹੋਇਆ। ਇੱਕ ਟਰਾਲੇ ਨੇ ਦੋ ਸਕੀਆਂ ਭੈਣਾਂ ਨੂੰ ਫੇਟ ਮਾਰ ਦਿੱਤੀ, ਜਿਸ ਮੌਕੇ ਇੱਕ ਭੈਣ ਦੀ ਦਰਦਨਾਕ ਮੌਤ ਹੋਈ, ਦੂਜੀ ਜ਼ਖਮੀ ਹੋ ਗਈ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਰਾਜਪੁਰਾ ਦੇ ਵਿੱਚ ਟਰਾਲੇ ਨੇ ਦੋ ਸਕੀਆਂ ਭੈਣਾਂ ਨੂੰ ਸਾਈਡ ਮਾਰ ਦਿੱਤੀ, ਇੱਕ ਦੀ ਮੌਤ ਹੋ ਗਈ, ਦੂਜੀ ਨੂੰ ਸਰਕਾਰੀ ਰਾਜਿੰਦਰਾ ਹਸਪੀਟਲ ਪਟਿਆਲਾ ਦੇ ਵਿੱਚ ਰੈਫਰ ਕੀਤਾ ਗਿਆ। ਰਾਜਪੁਰਾ ਦੇ ਨਾਲ ਲੱਗਦੇ ਜਨਸੂਆ ਅਧੀਨ ਪੈਂਦੇ ਪਿੰਡ ਦੀ ਸੜਕ ਥਰਮਲ ਪਲਾਂਟ ਨੂੰ ਜਾਂਦੀ ਹੈ ਤੇ ਦੂਜੀ ਮਾਨਕਪੁਰ ਨੂੰ ਵੀ ਜਾਂਦੀ ਹੈ। ਇੱਥੇ ਕਾਫੀ ਆਵਾਜਾਈ ਸੀ ਔਰ ਸੜਕ ਤੰਗ ਹੋਣ ਕਰਕੇ ਇਹ ਦਰਦਨਾਕ ਭਾਣਾ ਵਾਪਰ ਗਿਆ। ਇੱਕ ਟਰਾਲੇ ਨੇ ਦੋ ਸਕੀਆਂ ਭੈਣਾਂ ਨੂੰ ਫੇਟ ਮਾਰ ਦਿੱਤੀ, ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ, ਦੂਜੀ ਗੰਭੀਰ ਜ਼ਖਮੀ ਹੋਈ ਹੈ, ਜਿਸ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਮ੍ਰਿਤਕ ਮੀਨਾ, ਜਿਸ ਦੀ ਉਮਰ 25 ਸਾਲ ਦੀ ਸੀ, ਦੱਸਦੀ ਹੈ ਕਿ ਆਪਣੀ ਭੈਣ ਦੇ ਨਾਲ ਕੱਖ ਲੈਣ ਦੇ ਲਈ ਗਈ ਸੀ
ਔਰ ਜਦੋਂ ਇਹ ਦਰਦਨਾਕ ਹਾਦਸਾ ਹੋਇਆ ਪੀੜਤਾਂ ਨੇ ਕਿਹਾ ਕਿ ਇਹ ਸੜਕ ਨੂੰ ਚੌੜਾ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਕਿਸੇ ਦਾ ਜਾਨੀ ਨੁਕਸਾਨ ਨਾ ਹੋਵੇ। ਹਾਂਜੀ, ਜਨਸੂਆ ਤੋਂ ਮਾਨਕਪੁਰ ਰੋਡ ਜਨਸੂਏ ਨੂੰ ਵਾਪਸ ਕੱਖ ਲੈ ਕੇ ਆ ਰਿਹਾ ਸੀ, ਪਿੱਛੇ ਟਰਾਲੇ ਨੇ ਸਾਈਡ ਆ ਕੇ ਮਾਰੀ ਜੀ। ਇੱਕ ਜ਼ਖਮੀ ਹੈ ਜੀ, ਲਕਸ਼ਮੀ ਪਟਿਆਲੇ ਹੈ, ਮੀਨਾ ਜਿਹੜੀ ਹੈ ਜੀ ਉਹ 32 ਸਾਲ ਉਮਰ, ਉਹਦੀ ਡੈਥ ਹੋ ਗਈ ਜੀ। ਸਰਕਾਰ ਤੋਂ ਕੀ ਮੰਗ ਕਰਦੇ ਆ? ਸਰਕਾਰ ਨੂੰ ਮੰਗ ਕਰਦੇ ਆ ਜੀ, ਇਹ ਜਿਹੜਾ ਰੋਡ ਹੈਗਾ ਇਹ ਮਿਰਜ਼ਾਪੁਰ ਤੋਂ ਇਹ ਡਬਲ ਕੀਤਾ ਜਾਵੇ ਔਰ ਇਹਨਾਂ ਦੀ ਜਿਹੜੀ ਜ਼ਰੂਰਤ ਪੂਰੀ ਕੀਤੀ ਜਾਵੇ, ਜਿਹੜੀ ਇਹਨਾਂ ਦਾ ਬਣਦਾ ਜੀ ਹੱਕ ਜੀ ਗਰੀਬ। ਹਾਂਜੀ ਹਾਂਜੀ, ਡੈਥ ਕਦੋਂ ਹੋਈ ਸੀਗੀ? ਇਹ ਜੀ ਕੱਲ੍ਹ ਸ਼ਾਮ ਦੀ ਹੋਈ ਜੀ, 5-1 ਵਜੇ ਜੀ। ਜਾਣਕਾਰੀ ਹੈ ਕਿ ਅਸੀਂ ਅੱਜ ਹਸਪਤਾਲ ਜਾਏ ਹਾਂ APGN 'ਚ ਇਹਨਾਂ ਦੀ ਪੋਸਟਮਾਰਟਮ ਕਰਾਉਣ ਲਈ। ਇਹ ਵਿਚਾਰਿਆਂ ਸ਼ਾਮ ਨੂੰ ਕੱਲ੍ਹ ਘਾਹ ਲੈ ਕੇ ਆ ਰਹੇ ਸੀ ਅਤੇ ਡਰਾਈਵਰ ਨੇ ਨਸ਼ੇ ਦੇ ਵਿੱਚ ਬਹੁਤ ਭਾਰੀ ਵਹੀਕਲ ਨਾਲ ਇਹਨਾਂ ਨੂੰ ਮਤਲਬ ਐਕਸੀਡੈਂਟ ਕਰਕੇ ਮਾਰਤਾ ਹੈਗਾ ਅਤੇ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਸਰਕਾਰ ਤੋਂ ਜਾਂ ਜਿਵੇਂ ਵੀ ਹੈਗਾ ਇਹਨਾਂ ਨੂੰ ਕੋਈ ਨਾ ਕੋਈ ਮੁਆਵਜ਼ਾ ਦਿੱਤਾ ਜਾਵੇ। ਅਤੇ ਇਹਦੇ ਵਿੱਚ ਇੱਕ ਦੀ ਡੈਥ ਹੋ ਚੁੱਕੀ ਹੈ ਅਤੇ ਇੱਕ ਜ਼ਿਲ੍ਹਾ ਹਸਪਤਾਲ 'ਚ ਐਡਮਿਟ ਹੈ। ਇਹ ਛੋਟੀ ਹੈ ਜੀ, ਜਿਵੇਂ ਕੋਈ ਵਹੀਕਲ ਹੈਗਾ ਉਹਦੇ ਲਾਇਕ ਨਹੀਂ ਹੈ, ਇਹ 15-16 ਫੁੱਟ ਦੀ ਹੈ, ਘੱਟੋ ਘੱਟ 25-30 ਫੁੱਟ ਦੀ ਹੋਣੀ ਚਾਹੀਦੀ ਹੈ ਸੜਕ। ਅੱਜ ਤੋਂ ਦੋ ਮਹੀਨੇ ਪਹਿਲਾਂ ਇੱਕ ਪਿੱਛੇ ਐਕਸੀਡੈਂਟ ਹੋਇਆ ਸੀ, ਉਹਦੇ 'ਚ ਲੇਡੀਜ਼ ਮੌਤ ਹੋ ਗਈ ਸੀ। ਹਫ਼ਤੇ ਦੇ ਵਿੱਚ ਕੋਈ ਨਾ ਕੋਈ ਐਕਸੀਡੈਂਟ ਹੋ ਜਾਂਦਾ ਹੈ। ਲੜਕੀ ਇਹ ਨਾ ਪੱਠੇ ਲੈ ਕੇ ਆ ਰਹੀ ਸੀ ਆ ਜਨਸੂਈ ਤੋਂ ਜਨਸੂਆ ਰੋਡ 'ਤੇ, ਪਿੱਛੋਂ ਇੱਕ ਟਰਾਲਾ ਇਹਨੂੰ ਆਇਆ, ਉਹ ਹਿੱਟ ਕਰ ਗਿਆ ਸੀ, ਇਹਨੂੰ ਹਿੱਟ ਕਰਕੇ ਇਹਦੀ ਮੌਤ ਹੋ ਗਈ ਸੀ ਮੌਕੇ 'ਤੇ। ਅਤੇ ਬਾਕੀ ਜਿਹੜੀ ਇੱਕ ਲੇਡੀਜ਼ ਹੋਰ ਸੀ ਇਹਦੇ ਨਾਲ ਲਕਸ਼ਮੀ, ਉਹ ਆਪਣਾ ਇੰਜਰਡ ਹੈ, ਉਹ ਜਿਹੜੀ ਰਜਿੰਦਰਾ ਹਸਪਤਾਲ ਦਾਖਲ ਹੈ ਪਟਿਆਲੇ। ਇਹਦਾ ਜਿਹੜਾ ਹੁਣ ਅਸੀਂ ਪਰਚਾ ਦਰਜ ਕਰਤਾ ਟਰਾਲੇ ਵਾਲੇ ਆਪਣਾ ਡਰਾਈਵਰ ਦੇ ਖਿਲਾਫ਼ ਅਤੇ ਪੋਸਟਮਾਰਟਮ ਕਰਾ ਰਹੇ ਹਾਂ। ਹਾਂ, ਪੋਸਟਮਾਰਟਮ ਕਰਾਉਣ ਉਪਰੰਤ ਜਿਹੜੀ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਾਊ।